ਜਦੋਂ ਅਜੇ ਸਰਦਾਰ ਰਣਜੀਤ ਸਿੰਘ ਤਲਵੰਡੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸ਼ਾਮਲ ਹੋਏ ਤੁਸੀਂ ਪਾਰਟੀ 'ਚ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਕਿਆਸ ਰਾਈਆਂ ਤਾਂ ਲਗਭਗ ਮੈਨੂੰ ਲੱਗਦਾ ਵੀ ਸਾਲ ਦੀਆਂ ਹੀ ਚੱਲਦੀਆਂ ਨੇ, ਸਾਰੇ ਚਰਚਾਵਾਂ ਚੱਲਦੀਆਂ ਨੇ ਇਲਾਕੇ 'ਚ ਵੀ, ਕਿਉਂਕਿ ਬੜੀ ਦੇਰ ਤੋਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਠੇਬੀ ਲਾਉਣ ਨੂੰ ਫਿਰਦਾ ਸੀ ਬਹੁਤ ਦੇਰ ਤੋਂ, ਕਿਉਂਕਿ ਲੋਕਾਂ ਨੂੰ ਭਾਂਪ ਰਿਹਾ ਸੀ, ਲੋਕਾਂ ਨੂੰ ਫੋਨ ਕਰ ਕਰਕੇ ਪੁੱਛ ਰਿਹਾ ਸੀ ਵਰਕਰਾਂ ਨੂੰ ਵੀ ਮੈਂ ਜਾਣਾ ਮੇਰੇ ਨਾਲ ਚੱਲੋ। ਪਰ ਅਸੀਂ ਧੰਨਵਾਦੀ ਹਾਂ ਸਾਰੇ ਪਾਰਟੀ ਵਰਕਰਾਂ ਦੇ, ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵਰਕਰ ਨੇ, ਖੰਨੇ ਹਲਕੇ ਦਾ ਇੱਕ ਵੀ ਵਰਕਰ ਸ਼੍ਰੋਮਣੀ ਅਕਾਲੀ ਦਲ ਦਾ ਜੇ ਨਾਲ ਨਹੀਂ ਗਿਆ। ਪਿਛਲੇ ਸਮੇਂ 'ਚ ਭਾਵੇਂ ਖੰਨੇ ਹਲਕੇ ਦੇ ਸਾਰੇ ਲੋਕਾਂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਵਰਕਰ ਸਾਹਿਬਾਨ ਸੀ, ਲੀਡਰ ਸਾਹਿਬਾਨ ਸੀ, ਸਭ ਨੇ ਇਹਦੀ ਮਦਦ ਕੀਤੀ। ਪਰ ਹਰ ਵਾਰ ਲੋਕਾਂ ਨੂੰ ਇਹ ਬੋਲਦਾ ਵੀ ਮਾੜਾ ਸੀ, ਮਾੜੀ ਭਾਸ਼ਾ ਵੀ ਮਾੜੀ ਵਰਤਦਾ ਸੀ, ਗਦਾਰ ਤੱਕ ਲੋਕਾਂ ਨੂੰ ਦੱਸਦਾ ਸੀ, ਕੰਮ ਲੈ ਕੇ ਉਹਨਾਂ ਨੂੰ ਮਾੜਾ ਚੰਗਾ ਬੋਲਦਾ ਸੀ। ਅੱਜ ਇਹਨੂੰ ਪੁੱਛੋ, ਤੁਸੀਂ ਪ੍ਰੈਸ ਵਾਲੇ ਵੀਰ ਬੈਠੇ ਹੋ, ਉਹਨੂੰ ਪੁੱਛੋ ਹੁਣ ਪਾਰਟੀ ਨਾਲ ਗਦਾਰੀ ਕਿਹਨੇ ਕੀਤੀ ਹੈ, ਪਾਰਟੀ ਦੀ ਬੈਠੇ ਛੁਰਾ ਕਿਹਨੇ ਮਾਰਿਆ। ਬਹੁਤ ਦੇਰ ਦਾ ਇਹ ਕਹਿੰਦੇ ਨੇ ਨਾਲ ਦੂਜੀਆਂ ਪਾਰਟੀਆਂ ਦੇ ਨਾਲ ਸੰਪਰਕ ਕਰ ਕਰਕੇ, ਪਹਿਲਾਂ ਵੀ ਪਿਛਲੀ ਵਾਰ ਵੀ ਇਹਦੀ ਆਵਾਜ਼ ਚੱਲੀ ਸੀ, ਕਦੇ ਕਿਸੇ ਪਾਰਟੀ ਨਾਲ ਗੱਲ ਕਰਦੇ ਕਿਸੇ, ਕਿਉਂਕਿ ਇਹ ਮਤਲਬੀ ਲੋਕ ਨੇ, ਮੌਕਾ ਪ੍ਰਸਤ ਲੋਕ ਨੇ, ਜਿਹੜੇ ਸਮਾਂ ਪੈਣ 'ਤੇ ਜਦੋਂ ਕਦੇ ਔਖ ਸੌਖ ਪਾਰਟੀ 'ਤੇ ਆਉਂਦੀ ਹੈ, ਕਦੋਂ ਵੀ ਛੱਡ ਕੇ ਮਤਲਬ ਭੱਜ ਸਕਦੇ ਆ। ਪਹਿਲਾਂ ਵੀ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਬੜੀਆਂ ਮਤਲਬ ਆਨੰਦ ਮਾਣੇ ਪਾਰਟੀ ਦੇ, ਬੜੇ ਮਤਲਬ ਪਾਵਰ ਲੈ ਕੇ ਪੂਰੇ ਲੰਬੇ ਸਮੇਂ ਤੋਂ ਚਾਰ ਵਾਰ ਪਾਰਟੀ ਨੇ ਮਾਨ ਸਨਮਾਨ ਨੂੰ ਦਿੱਤਾ, ਚਾਰ ਵਾਰ ਟਿਕਟ ਦਿੱਤੀ ਹੈ, ਚਾਰ 'ਚੋਂ ਤਿੰਨ ਵਾਰ ਹਾਰ ਗਿਆ, ਇੱਕ ਵਾਰ ਜਿੱਤਿਆ। ਰਾਏਕੋਟ ਦੇ ਲੋਕਾਂ ਨੇ ਬੜਾ ਮਾਣ ਦਿੱਤਾ, ਪਰ ਉਹ ਲੋਕ ਵੀ ਤੁਸੀਂ ਪਿੱਛੇ ਜਾ ਕੇ ਦੇਖੋ ਜੋ ਹਸ਼ਰ ਖੰਨੇ ਦੇ ਲੋਕਾਂ ਨਾਲ ਕੀਤਾ, ਖੰਨੇ ਦੇ ਲੋਕਾਂ 'ਤੇ, ਵਰਕਰਾਂ 'ਤੇ ਜੋ ਝੂਠੇ ਪਰਚੇ ਕਰਾਏ, ਲੋਕਾਂ ਨਾਲ ਪੈਸੇ ਲੈ ਕੇ ਟਿਕਟਾਂ ਦਿੱਤੀਆਂ, ਮਤਲਬ ਇਹ ਸਰਪੰਚ ਦੀਆਂ, ਐਮ ਸੀ ਦੀਆਂ, ਇੱਕ ਸਾਡੀਆਂ ਮਜਬੂਰੀਆਂ ਇਹ ਹੋ ਜਾਂਦੀਆਂ। ਪ੍ਰੈਸ ਵਾਲੇ ਵੀਰ ਕਈ ਵਾਰ ਸਵਾਲ ਕਰਦੇ ਵੀ ਤੁਸੀਂ ਪਹਿਲਾਂ ਨਹੀਂ ਕਿਹਾ, ਤੁਸੀਂ ਪਹਿਲਾਂ ਨਹੀਂ ਦੱਸਿਆ, ਉਸ ਸਮੇਂ ਪਾਰਟੀ 'ਚ ਰਹਿ ਕੇ ਸਾਡੀ ਮਜਬੂਰੀ ਹੋ ਜਾਂਦੀ ਹੈ ਕਿ ਪਾਰਟੀ ਵਰਕਰ ਨੂੰ, ਕੋਈ ਵੀ ਚਾਹੇ ਛੋਟਾ ਵਰਕਰ ਹੋਵੇ, ਵੱਡਾ ਹੋਵੇ, ਲੀਡਰ ਹੋਵੇ, ਉਹਨੂੰ ਮਤਲਬ ਮੁਸ਼ਕਿਲ ਹੋ ਜਾਂਦੀ ਹੈ। ਪਾਰਟੀ ਦੇ ਕੋਈ ਰੂਲ ਨੇ, ਕੋਈ ਵਿਧਾਨ ਹੁੰਦਾ, ਸੰਵਿਧਾਨ ਹੁੰਦਾ ਪਾਰਟੀ ਦਾ, ਇਸ ਲਈ ਉਹ ਗੱਲਾਂ ਹੁਣ ਜੋ ਤੁਹਾਨੂੰ ਸਪਸ਼ਟ ਕਰਨੀਆਂ, ਕਿਉਂਕਿ ਹੁਣ ਬੜੀਆਂ ਗੱਲਾਂ ਇਹ ਪਾਰਟੀ ਦੇ ਖਿਲਾਫ਼ ਬੋਲ ਰਿਹਾ, ਪਾਰਟੀ ਪ੍ਰਧਾਨ ਸਾਹਿਬ ਦੇ ਬਾਰੇ ਵੱਧ ਘੱਟ ਬੋਲਿਆ, ਇਹ ਆਪਣੀ ਮਰਜ਼ੀ ਹੇਠਾਂ ਸੁੱਟਾ ਫੇਰੇ ਕਿ ਕੀ ਇਹਨੇ ਕੀਤਾ। ਅਸੀਂ ਸਾਰੇ ਆ ਲੋਕ, ਜਿੰਨੇ ਵੀ ਸਾਡੇ ਵਰਕਰ ਸਾਹਿਬਾਨ, ਲੀਡਰ ਸਾਹਿਬਾਨ ਬੈਠੇ ਨੇ, ਜਿੱਥੇ ਅਦਵਿੰਦਰ ਸਿੰਘ ਜੀ ਖੱਟਾ ਬੈਠੇ ਨੇ, ਸਰਵਿੰਦਰ ਤਰਿੰਦਰ ਸਿੰਘ ਜੀਤ ਬੈਠੇ ਨੇ, ਪਰਮਜੀਤ ਸਿੰਘ ਬੋਬੀ ਬੈਠੇ ਨੇ, ਪੰਮੀ ਵੀਰ ਜੀ ਬੈਠੇ ਨੇ, ਭਾਟੀਆ ਸਾਹਿਬ, ਸੁਖਦੇਵ ਸਿੰਘ, ਜਿੰਨੇ ਵੀ ਇੱਥੇ ਪੰਜ ਸਰਪੰਚ, ਕੌਂਸਲਰ ਸਾਹਿਬਾਨ, ਜਿੰਨੇ ਖੰਨੇ ਰਹੇ ਨੇ, ਸਾਰਿਆਂ ਨੂੰ ਪਰੇਸ਼ਾਨ ਕਰਕੇ ਰੱਖਿਆ। ਜਦੋਂ ਵੋਟਾਂ ਆਉਂਦੀਆਂ ਸੀ, ਇਹਨੂੰ ਵਿਆਹ ਜਿੰਨਾ ਚੋ ਚੜ੍ਹਦਾ, ਕਿਉਂਕਿ ਵੋਟਾਂ ਆਉਂਦੀਆਂ ਸੀ, ਇਹਨੂੰ ਪੈਸੇ ਬਣਨ ਦਾ ਹੋ ਜਾਂਦਾ ਸੀ। ਹੁਣ ਜਿੰਨੇ ਵੀ ਵਰਕਰ ਸੀਟਾਂ ਮੰਗਣਗੇ, ਉਹਨਾਂ ਤੋਂ ਪੰਜ ਪੰਜ ਚਾਰ ਚਾਰ ਦਸ ਦਸ ਲੱਖ ਰੁਪਈਆ ਉਹਨਾਂ ਤੋਂ ਸੀਟਾਂ ਬਦਲੇ ਮੰਗਿਆ ਜਾਊਗਾ, ਅਤੇ ਨਾਲ ਹੀ ਸਰਪੰਚੀ ਵੇਲੇ ਹੋਇਆ ਵੀ ਆ, ਤੁਸੀਂ ਸਾਰੇ ਗਵਾਹ ਹੋ, ਭਾਵੇਂ ਕੋਈ ਬੋਲੇ ਭਾਵੇਂ ਨਾ ਬੋਲੇ। ਅਸੀਂ ਤੁਹਾਨੂੰ ਗੱਲ ਸਪਸ਼ਟ ਕਰ ਦੇਣੀ ਚਾਹੁੰਦੇ ਹਾਂ ਕਿ ਇਹਨੇ 5 ਸਾਲ ਖੰਨੇ 'ਚ ਜਦੋਂ ਪਾਵਰ 'ਚ ਰਿਹਾ, ਨਾਲੇ ਤਾਂ ਅਫਸਰਾਂ ਤੋਂ, ਥੱਲੜੇ ਪਟਵਾਰੀ ਤੋਂ ਲੈ ਕੇ ਉੱਤੇ ਤਹਿਸੀਲਦਾਰ, SDM, ਤੁਸੀਂ SDM ਸੋਢੀ ਇੱਥੇ ਰਿਹਾ, ਉਹਨੂੰ ਪੁੱਛ ਲਓ ਤੁਸੀਂ, ਹੁਣ ਫੋਨ ਲਾ ਕੇ ਗੱਲ ਕਰ ਲਓ ਕੀ ਕੁਛ ਇੱਥੇ ਹੁੰਦਾ ਰਿਹਾ। ਬਹੁਤ ਸਾਰੀਆਂ ਇਹੋ ਜਿਹੀਆਂ ਮਤਲਬ ਇਹੋ ਜਿਹੇ ਬਹੁਤ ਇਹੋ ਜਿਹੇ ਟਾਈਮ ਵੀ ਆਇਆ ਇਹੋ ਜਿਹਾ ਕਿ ਲੋਕਾਂ ਦੇ ਇਹੋ ਜਿਹੇ ਵਿੱਚ ਲੋਕ ਵੀ ਸੀ ਇਹਦੇ ਨਾਲ ਟਾਵੇਂ ਟਾਵੇਂ, ਜਿਹੜੇ ਮਤਲਬ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਕਿ ਕਿਹੜਾ ਇਹ ਕੇਸ ਆਇਆ। ਉਹਦੀ ਵਿਚਾਰੇ ਦੀ ਕੋਈ ਬਠਿੰਡੇ ਦੇ ਕੋਈ ਲੋਕ ਸੀ, ਉਹਨਾਂ ਨੇ ਉਹਦੀ ਜਾਲੀ ਰਜਿਸਟਰੀ ਕਰਾ ਲਈ, ਰਜਿਸਟਰੀ ਕਰਾ ਕੇ ਉਹਨਾਂ ਨੂੰ ਮੈਂ ਬੁਲਾ ਕੇ ਕਹਿੰਦਾ ਤੁਹਾਨੂੰ ਸੌਦਾ ਕਰਾ ਦਿੰਦਾ ਉਹਦੇ ਨਾਲ, ਉਹਨਾਂ ਦੀ ਆਪਣੀ ਨਜਾਇਜ਼ ਰਜਿਸਟਰੀ ਕਰਾਈ ਹੋਈ। ਇੱਥੇ ਭਾਦਲੇ ਕੇਸ ਸੀ, ਦੋਵੇਂ ਪਾਰਟੀਆਂ ਤੋਂ ਉਹਨਾਂ ਤੋਂ ਪੈਸੇ ਲੈ ਕੇ ਇਹੋ ਜਿਹੀਆਂ ਗੱਲਾਂ ਲੋਕਾਂ ਨਾਲ ਕੀਤੀਆਂ, ਵਰਕਰਾਂ ਨੂੰ ਲੁੱਟਿਆ ਵੀ ਅਤੇ ਕੁੱਟਿਆ ਵੀ। ਅਸੀਂ ਮੈਨੂੰ ਲੱਗਦਾ ਲਗਭਗ ਸਾਰੇ ਸ਼ਿਕਾਰ ਹੋਵਾਂਗੇ, ਸਾਰਿਆਂ 'ਤੇ ਕਿਸੇ 'ਤੇ 302 ਦਾ ਪਰਚਾ ਝੂਠਾ, ਕਿਸੇ 307 ਦਾ ਪਰਚਾ, ਕਿਸੇ 'ਤੇ ਕੋਈ ਪਰਚਾ। ਮੈਨੂੰ ਲੱਗਦਾ ਵੀ ਸ਼ਾਇਦ ਹੀ ਖੰਨੇ ਦਾ ਕੋਈ ਵਰਕਰ ਬਚਿਆ ਹੋ ਜਿਹਤੇ ਇਹਨੇ ਪਰਚਾ ਨਾ ਕਰਾਇਆ ਹੋਵੇ। ਇਹਦੀ ਆਦਤ ਹੈ, ਫਿਤਰਤ ਹੁੰਦੀ ਹੈ। ਅਸੀਂ ਰਿਕਾਰਡ ਕਰਦੇ ਹਾਂ ਸਰਦਾਰ ਜਗਦੇਵ ਸਿੰਘ ਜੀ ਤਲਵੰਡੀ ਦਾ, ਬਹੁਤ ਸਤਿਕਾਰਯੋਗ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੜੇ ਪਾਰਟੀ ਪ੍ਰਧਾਨ ਵੀ ਰਹੇ ਨੇ, ਅਤੇ SGPC ਦੇ ਪ੍ਰਧਾਨ ਵੀ ਰਹੇ ਨੇ, ਉਹ ਸਾਡੇ ਬੜੇ ਸਤਿਕਾਰਯੋਗ ਨੇ। ਉਹਨਾਂ ਦੇ ਪੈਰ ਵਰਗਾ ਵੀ ਨਹੀਂ, ਕਿਉਂਕਿ ਇੱਕ ਪਰਿਵਾਰ ਦਾ ਨਾਂ ਜੁੜਿਆ ਹੁੰਦਾ, ਪਰਿਵਾਰ ਕਰਕੇ ਬੰਦੇ ਨੂੰ ਜਾਣਿਆ ਜਾਂਦਾ ਕਿ ਫਲਾਣੇ ਪਰਿਵਾਰ ਦਾ ਮੁੰਡਾ। ਅਸੀਂ ਸਾਰਾ ਪੰਜਾਬ ਉਹਨਾਂ ਦਾ ਸਤਿਕਾਰ ਕਰਦਾ, ਸਰਦਾਰ ਜਗਦੇਵ ਸਿੰਘ ਜੀ ਤਲਵੰਡੀ ਦਾ, ਪਰ ਉਹਨਾਂ ਦੇ ਪੈਰ ਵਰਗਾ ਵੀ ਨਹੀਂ, ਲੂੰਹ ਵਰਗਾ ਵੀ ਨਹੀਂ। ਉਹ ਕਹਿੰਦੇ ਨੇ ਵੀ ਅਸਲੀ ਹੁੰਦਾ, ਫੋਟੋ ਕਾਪੀ ਹੁੰਦੀਆਂ ਨੇ। ਬੜੀ ਕੋਸ਼ਿਸ਼ ਕੀਤੀ ਉਹ ਲੋਕਾਂ ਨੂੰ ਦਬਕੇ ਮਾਰਨ ਦੀ, ਲੋਕਾਂ ਨੂੰ ਬੜੀਆਂ ਬੜੀਆਂ ਗੱਲਾਂ ਸੁਣਾਉਣ ਦੀ, ਇਹ ਕਰ ਦਾਂਗੇ ਉਹ ਕਰ ਦਾਂਗੇ, ਪਰ ਬੜਾ ਲੋਕਾਂ ਨੂੰ ਤੁਸੀਂ ਰਾਏਕੋਟ ਜਾ ਕੇ ਪਤਾ ਕਰ ਲਓ, ਬੜਾ ਬੜੇ ਲੰਬੇ ਸਮੇਂ ਤੋਂ ਉੱਥੇ ਵੀ ਪਹਿਲਾਂ ਦੇਖ ਕੇ ਆਇਆ, ਉੱਥੇ ਵੀ ਲੋਕਾਂ 'ਤੇ ਪਰਚੇ ਕਰਾਏ, ਝੂਠੇ ਪਰਚੇ ਕਰਾਏ, ਉਹਨਾਂ ਨੂੰ ਲੁੱਟਿਆ ਕੁੱਟਿਆ ਅਫਸਰਾਂ ਤੋਂ, ਜਦ ਪਾਵਰ 'ਚ ਰਹਿ ਕੇ
ਉਹਨਾਂ ਤੋਂ ਪੈਸੇ, ਕਿਉਂਕਿ ਪਾਰਟੀ ਦੀਆਂ ਵੀ ਮਜ਼ਬੂਰੀਆਂ ਹੁੰਦੀਆਂ, ਕਿਉਂਕਿ ਇੱਕ ਇੰਚਾਰਜ ਲਾਇਆ ਜਾਂਦਾ ਜਾਂ ਐਮ ਐਲ ਏ ਹੁੰਦਾ ਮੌਕੇ ਦਾ, ਪਾਰਟੀ ਉਹ ਹਲਕਾ ਉਹਨਾਂ ਦੇ ਹਵਾਲੇ ਕਰ ਦਿੰਦੀ ਹੈ। ਪਰ ਜੋ ਹੇਠਲੇ ਲੈਵਲ 'ਤੇ ਇਹਨਾਂ ਨੇ ਦੇਖਣਾ ਹੁੰਦਾ ਕਿ ਅਸੀਂ ਪਾਰਟੀ ਨੂੰ ਜਿਉਂਦੀ ਰੱਖਣਾ ਕਿ ਪਾਰਟੀ ਨੂੰ ਮਾਰਨਾ, ਇਹਨਾਂ ਨੇ ਕੋਈ ਕਸਰ ਨਹੀਂ ਛੱਡੀ, ਭਾਵੇਂ ਵਰਕਰਾਂ ਨੂੰ ਲੁੱਟਣ ਦਾ ਹੋਵੇ, ਭਾਵੇਂ ਅਫਸਰਾਂ ਨੂੰ ਲੁੱਟਣ ਦਾ ਹੋਵੇ, ਪੂਰਾ ਦੱਬ ਕੇ ਲੁੱਟਿਆ ਕੁੱਟਿਆ। ਇਹ ਸਾਰਾ ਖੰਨਾ ਗਵਾਏ, ਮੈਂ ਇਕੱਲਾ ਨਹੀਂ ਕਹਿੰਦਾ, ਆਹ ਲੀਡਰ ਸਾਹਿਬਾਨ ਬੈਠੇ ਨੇ, ਵਰਕਰ ਸਾਹਿਬਾਨ ਬੈਠੇ ਨੇ, ਖੰਨੇ 'ਚ ਫਿਰ ਕੇ ਤੁਸੀਂ ਪੁੱਛ ਲਓ ਇਹਨੂੰ ਮਰਜ਼ੀ ਪੁੱਛ ਲਓ ਜਾ ਕੇ ਵੀ ਕਿਹੋ ਜਿਹਾ। ਹਾਂ, ਅਸੀਂ ਕਹਿੰਦੇ ਹਾਂ ਵੀ ਖੰਨੇ ਦੇ ਲੋਕਾਂ ਨੇ ਸ਼ੁਕਰ ਕੀਤਾ, ਸੁੱਖ ਦਾ ਸਾਹ ਲਿਆ ਕਿ ਸਾਡੇ 'ਚੋਂ ਇਹ ਗਿਆ, ਪਾਰਟੀ ਸਿਖਾਲੀ ਹੋਈ, ਹੁਣ ਵਧੀਆ ਇੱਥੇ ਪਾਰਟੀ ਦਾ ਪਲੇਟਫਾਰਮ ਵਧੀਆ ਤਿਆਰ ਕੀਤਾ ਜਾਊਗਾ, ਪਾਰਟੀ ਵਰਕਰਾਂ ਨੂੰ ਜੋੜ ਕੇ ਵਧੀਆ ਪਾਰਟੀ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾਊ, ਸਾਰੇ ਇਕਜੁੱਟ ਹੋ ਕੇ ਆਉਣ ਵਾਲੀਆਂ ਇਲੈਕਸ਼ਨਾਂ ਵੀ ਲੜਾਂਗੇ, ਜੋ ਚਾਹੇ ਮਿਊਂਸਪੈਲਟੀਆਂ ਨੇ, ਚਾਹੇ ਵਿਧਾਨ ਸਭਾ ਦੀਆਂ ਨੇ, ਭਾਵੇਂ ਐਮ ਪੀ ਦੀਆਂ, ਜਿੰਨੀਆਂ ਵੀ ਇਲੈਕਸ਼ਨਾਂ, ਪਾਰਟੀ ਨੂੰ ਇੱਥੋਂ ਚੰਗਾ ਮਾਣ ਦੇ ਕੇ ਤੋਰਾਂਗੇ, ਇੰਨਾ ਕੁ ਸਾਨੂੰ ਅਸੀਂ ਵਿਸ਼ਵਾਸ ਜਤਾਉਂਦੇ ਹਾਂ। ਅਤੇ ਨਾਲ ਇੱਕ ਗੱਲ ਇਹ ਵੀ ਕਹਿਣੀ ਚਾਹੁੰਦੇ ਹਾਂ ਕਿ ਕੋਈ ਕਿਸੇ ਗੱਲੋਂ ਪਾਰਟੀ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਅਸੀਂ ਧੰਨਵਾਦੀ ਉਹਨਾਂ ਵੀਰਾਂ ਦੇ ਵੀ ਹਾਂ ਜਿਹੜੇ ਇਹਦੇ ਨਾਲ ਬੜੇ ਲੰਬੇ ਸਮੇਂ ਤੋਂ ਮਦਦ ਵੀ ਕਰਦੇ ਰਹੇ, ਉਹਨਾਂ ਨੂੰ ਵੀ ਇਹਨੇ ਫੋਨ ਲਾ ਲਾ ਕੇ ਨਾਲ ਜਾਣ ਲਈ ਪ੍ਰੇਰਿਆ, ਪਰ ਸਾਰਿਆਂ ਦੇ ਅਸੀਂ ਧੰਨਵਾਦੀ ਹਾਂ। ਸਾਰੇ ਵਰਕਰ ਜਿੰਨੇ ਵੀ ਸੀ ਉਹ ਸਾਰੇ ਖੰਨੇ ਵਾਲੇ ਕਹਿੰਦੇ ਵੀ ਅਸੀਂ ਇੱਕ ਵੀ ਬੰਦੇ ਨੇ ਇਹਦੇ ਨਾਲ ਖੰਨੇ 'ਚੋਂ ਅਸੀਂ ਛੱਡ ਕੇ ਨਹੀਂ ਜਾਣਾ, ਅਸੀਂ ਪਾਰਟੀ ਨਾਲ ਚਟਾਨ ਵਾਂਗੂ ਖੜ੍ਹੇ ਹਾਂ, ਸਾਰੇ ਵਰਕਰ ਸਾਹਿਬਾਨ ਖੜ੍ਹੇ ਨੇ, ਸਾਰੇ ਲੋਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਖੰਨੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹੇ ਨੇ ਅਤੇ ਅੱਗੇ ਤੋਂ ਖੜ੍ਹੇ ਰਹਿਣਗੇ। ਜਦੋਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਸਰਦਾਰ ਰਣਜੀਤ ਸਿੰਘ ਤਲਵੰਡੀ ਨੇ ਦੂਸਰੀ ਪਾਰਟੀ ਜੁਆਇਨ ਕੀਤੀ ਹੈ, ਆਉਣ ਵਾਲੇ ਚੁਣਾਵ ਦੇ ਵਿੱਚ ਜਿਹੜਾ ਹੈ ਸ਼੍ਰੋਮਣੀ ਅਕਾਲੀ ਨੂੰ ਕਿੰਨਾ ਕੁ ਫਰਕ ਪਾਉਂਦਾ ਤੁਸੀਂ ਮੰਨਦੇ ਹੋ? ਦੇਖੋ ਜੀ, ਇਹ ਤੋਂ ਵੱਡੀਆਂ ਵੱਡੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਤੁਸੀਂ ਦੇਖ ਲਓ ਪਿਛਲੇ ਸਮੇਂ 'ਚ ਮੇਲਾ ਲਗਭਗ 18 ਬਣੀਆਂ ਹੋਣਗੀਆਂ, ਬਣ ਗਈਆਂ, ਖਤਮ ਹੋ ਗਈਆਂ, ਬਣ ਗਈਆਂ, ਖਤਮ ਹੋ ਗਈਆਂ। ਇਹ ਤੋਂ ਪਹਿਲਾਂ ਆਹ ਦੇਖ ਲਓ ਮਨਪ੍ਰੀਤ ਬਾਦਲ ਨੇ ਪਾਰਟੀ PP ਬਣਾਈ, ਆਮ ਆਦਮੀ ਦਾ ਕੀ ਹਾਲ ਹੋਇਆ? ਬੜੀਆਂ ਪਾਰਟੀਆਂ ਪੰਜਾਬ 'ਚ ਬੜੀਆਂ ਬਣੀਆਂ ਚਲੀਆਂ ਗਈਆਂ, ਇਹ ਸਬਜ਼ ਬਾਗ ਦਿਖਾਉਂਦੇ ਹੁੰਦੇ ਨੇ, ਬੜੀਆਂ ਪਾਰਟੀਆਂ ਬਣਾਉਂਦੇ ਨੇ, ਪਰ ਹਸ਼ਰ ਉਹੀ ਹੋਣਾ। ਪਾਰਟੀਆਂ ਦੋ ਹੀ ਰਹਿਣੀਆਂ ਨੇ ਪੰਜਾਬ 'ਚ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ, ਇਹਨਾਂ ਦਾ ਮੁਕਾਬਲਾ ਹੋਣਾ, ਤੁਹਾਡੇ ਆਉਣ ਵਾਲੇ ਸਮੇਂ ਤੁਹਾਨੂੰ ਸਾਰਾ ਪਤਾ ਲੱਗ ਜੂ। ਸ਼੍ਰੋਮਣੀ ਅਕਾਲੀ ਦਲ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨੀ ਹੈ, ਸਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਬਣਾਉਣੀ ਹੈ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਮੁੱਖ ਮੰਤਰੀ ਪੰਜਾਬ ਦਾ ਬਣ ਜਾਣਾ, ਇਹ ਚਾਹੇ ਜ਼ੋਰ ਲਾ ਲੈਣ, ਲੱਖ ਡੱਕੇ ਲਾਉਣ, ਕਿਉਂਕਿ ਇਹ ਲੋਕ ਜਦ ਕਹਿੰਦੇ ਨੇ ਹੱਥ ਨਾਲ ਆਪਣੇ ਥੂਹ ਪੌੜੀ, ਜਦ ਇਹਨਾਂ ਦਾ ਆਪ ਦਾ ਵਸ ਨਹੀਂ ਚੱਲਦਾ ਨਾ, ਇਹ ਬਹੁਤ ਅਵਾ ਤਵਾ ਬੋਲਦੇ ਨੇ, ਘਬਰਾਏ ਹੋਏ ਨੇ, ਬਹੁਤ ਕੁਛ ਬੋਲਦੇ ਨੇ, ਮਾੜੇ ਚੰਗੇ ਲਾਂਛਣ ਲਾਉਂਦੇ ਨੇ, ਬਹੁਤ ਸਾਰਾ ਮਤਲਬ ਉਹਨਾਂ 'ਤੇ ਆਰੋਪ ਲਾਉਂਦੇ ਨੇ, ਪਰ ਬੜੇ ਮੈਂ ਕਹੂੰਗਾ ਵੀ ਬੜਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਰਮੌਰ ਜਥੇਬੰਦੀ ਹੈ, ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬੜਾ ਅਦਬ ਸਤਿਕਾਰ, ਕਿਉਂਕਿ ਸਾਰੇ ਸਿੱਖ ਕੌਮ ਦੀ ਅਗਵਾਈ ਕਰਦੇ ਨੇ, ਬੜੇ ਨਾ ਇਹ ਆਰੋਪ ਲਾਉਂਦੇ ਨੇ, ਪਰ ਅਸੀਂ ਇਹ ਦਾਅਵੇ ਨਾਲ ਕਹਿੰਦੇ ਹਾਂ, ਸਾਰੇ ਵਿਚਰਦੇ ਹਾਂ ਜਾ ਕੇ ਉਹਨਾਂ ਕੋਲ ਜਾਂਦੇ ਹਾਂ ਹਰ ਟਾਈਮ, ਸਾਨੂੰ ਦੂਏ ਤੀਏ ਦਿਨ, ਕਿਉਂਕਿ ਸਮੁੱਚਾ ਪੰਜਾਬ ਸਾਰੇ ਵਰਕਰ ਸਾਹਿਬਾਨ ਵਿਚਰਦੇ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਜਿੰਨਾ ਸਤਿਕਾਰ ਬਾਦਲ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਦਾ ਹੈ ਜਾਂ ਗੁਰਦੁਆਰਾ ਸਾਹਿਬਾਨਾਂ ਦੇ, ਨਾ ਉਹ ਸਤਿਕਾਰ ਕਰਦੇ ਨੇ, ਇਹ ਲੋਕ ਲੱਖ ਆਖੀ ਜਾਣ, ਕੋਈ ਢੀਂਡ ਸਾਹਿਬ ਬੋਲੀ ਜਾਵੇ, ਚਾਹੇ ਇਹ ਤਲਵੰਡੀ ਬੋਲੀ ਜਾਵੇ, ਕਿਸੇ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ, ਜੋ ਮਰਜ਼ੀ ਕਰੇ, ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਨੇ, ਕਿਉਂਕਿ ਗਰੀਬਾਂ ਦੇ ਕਿਸਾਨਾਂ ਦੇ ਹੱਕਾਂ 'ਚ ਜੇ ਕੋਈ ਪਾਰਟੀ ਖੜੀ ਹੈ ਜਾਂ ਪਾਰਟੀ ਪ੍ਰਧਾਨ ਖੜਿਆ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਖੜਿਆ, ਅੱਜ ਤੱਕ ਗਰੀਬਾਂ ਦੀ ਕਿਸਾਨਾਂ ਦੀ ਕਿਸੇ ਨੇ ਬਾਂਹ ਫੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਫੜੀ। ਜਦੋਂ ਇੱਕ ਕੁਐਸਚਨ ਹੋਰ ਹੈ, ਜਿਵੇਂ ਸ਼੍ਰੋਮਣੀ ਅਕਾਲੀ ਦਲ ਤੁਸੀਂ ਇਕੱਠੇ ਤੁਸੀਂ ਕੰਮ ਕੀਤਾ, ਤੁਹਾਡੇ 'ਤੇ ਬੜੇ ਇਲਜ਼ਾਮ ਵੀ ਲੱਗੇ ਕਿ ਵੀ ਜਾਦੂ ਗਰੁੱਪ ਨੇ ਜਿਹੜਾ ਹੈ, ਦੋ ਗਰੁੱਪ ਸੀ ਖੰਨੇ ਦੇ ਵਿੱਚ, ਜਾਦੂ ਗਰੁੱਪ ਮੰਨਿਆ ਜਾਂਦਾ ਸੀ ਇੱਕ ਪਾਸੇ, ਤਲਵੰਡੀ ਗਰੁੱਪ ਮੰਨਿਆ ਜਾਂਦਾ ਸੀਗਾ, ਇਲਜ਼ਾਮ ਵੀ ਲੱਗੇ ਵੀ ਗਦਾਰੀ ਕੀਤੀ ਇਹਨਾਂ ਨੇ, ਵੋਟਾਂ ਨਹੀਂ ਪਾਈਆਂ। ਅੱਜ ਜਦੋਂ ਤੁਸੀਂ ਦੋ ਗਰੁੱਪ ਖੰਨੇ ਦੇ ਵਿੱਚ ਹਜੇ ਤੱਕ ਤਾਂ ਹੈਗੇ ਨੇ, ਹੁਣ ਉਹ ਗਰੁੱਪ ਦਾ ਤੁਹਾਡੇ ਨਾਲ ਕੀ ਬਣੂਗਾ? ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਸੀ, ਵਰਕਰ ਸਾਹਿਬਾਂ ਦਾ ਧੰਨਵਾਦ ਕਰਦੇ ਹਾਂ, ਅੱਜ ਵੀ ਪਹਿਲਾਂ ਪ੍ਰੋਗਰਾਮ ਕੁਛ ਹੋਰ ਸੀ, ਕੋਈ ਨਹੀਂ, ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਾਰਾ ਪਤਾ ਲੱਗ ਜਾਣਾ। ਜਿੰਨੇ ਵਰਕਰ ਸਾਹਿਬਾਂ ਨੇ ਪ੍ਰਧਾਨ ਜੀ ਦਾ ਫੋਨ ਆਇਆ ਉਹ ਸਾਰੇ ਜਿੰਨੀ ਇਹਨਾਂ ਦੀ ਟੀਮ, ਕਿਉਂਕਿ ਜਾਣਾ ਪਿਆ ਕਈ ਵਾਰ ਪਾਰਟੀ ਨੂੰ ਹੁੰਦਾ ਵੀ ਸਾਰੇ ਜਿਹੜੇ ਵਰਕਰ ਨੇ ਸਾਡੇ ਕੋਲ ਆ ਕੇ ਉਹ ਮਿਲਣ ਗਏ ਨੇ ਪ੍ਰਧਾਨ ਸਾਹਿਬ ਨੂੰ, ਜਿੰਨੇ ਵੀ ਉਹਨਾਂ ਦੇ ਚਾਹੇ ਉਹ ਕੌਂਸਲਰ ਸੀ, ਸਾਬਕਾ ਕੌਂਸਲਰ, ਚਾਹੇ ਸਾਬਕਾ ਸਰਪੰਚ ਸੀ, ਜਿੰਨੇ ਸਰਕਲ ਪ੍ਰਧਾਨ ਸੀ, ਸਾਡੇ ਸਾਰੇ ਸਤਿਕਾਰਯੋਗ ਨੇ, ਸਾਰੇ ਰਲ ਜੁੜ ਕੇ ਅਸੀਂ ਖੰਨੇ ਦਾ ਇੱਕ ਇਕਾਈ ਬਣਾ ਕੇ ਅਸੀਂ ਵਧੀਆ ਤਰੀਕੇ ਨਾਲ ਖੰਨੇ ਨੂੰ ਚਲਾਵਾਂਗੇ, ਕਿਉਂਕਿ ਜਦ ਸਾਡਾ ਇਹ ਤੋਂ ਖਹਿੜਾ ਛੁੱਟ ਗਿਆ, ਸਾਰੇ ਵਰਕਰ ਉਹ ਵੀ ਚਾਹੁੰਦੇ ਨੇ ਜਾਂ ਪਾਰਟੀ ਨਾਲ ਖੜੇ ਨੇ, ਅਸੀਂ ਪਾਰਟੀ ਨਾਲ ਖੜੇ ਹਾਂ, ਸਾਰੇ ਇਕਜੁੱਟ ਹੋ ਕੇ ਕੰਮ ਕਰਾਂਗੇ। ਰਹੀ ਗੱਲ ਪਿਛਲੇ ਸਮੇਂ ਦੀ, ਪਹਿਲੀ ਜਦੋਂ ਇਹ ਖੰਨੇ 'ਚ ਆਇਆ ਅਣਜਾਣ ਸੀ, ਅਸੀਂ ਪਹਿਲੀ ਵਾਰ ਇਹਨੂੰ ਇੰਨੀ ਇਹਦੀ ਮਦਦ ਕੀਤੀ, ਸਾਰੇ ਵਰਕਰ ਸਾਹਿਬਾਨ ਲੀਡਰ ਸਾਹਿਬਾਨ ਬੈਠੇ ਨੇ, ਤਨੋ ਮਨੋ ਤੁਹਾਨੂੰ ਇਹਦੀ ਮਦਦ ਕੀਤੀ, ਅਸੀਂ ਸਾਰੇ ਹਲਕੇ 'ਚ ਘੁੰਮੇ, ਸਾਰਾ ਕੁਝ, ਇਹਦਾ ਫਰਕ ਰਿਹਾ ਸਿਰਫ 7000 ਵੋਟਾਂ ਦਾ। ਉਸ ਤੋਂ ਬਾਅਦ ਇਹਨੇ ਕੀ ਰੀਤ ਫੜੀ, ਇਹ ਪਤਾ ਨਹੀਂ ਇੱਕ ਇੱਕ ਇਕੱਲੇ ਇਕੱਲੇ ਨੂੰ ਫੜ ਕੇ ਦਬਾਉਣ ਲੱਗਾ, ਇਕੱਲੇ ਇਕੱਲੇ ਦੇ ਪਰਚੇ ਦੇਣ ਲੱਗਿਆ, ਤੁਸੀਂ ਗਵਾਹ ਹੋ, ਸਾਰੇ ਮੀਡੀਆ ਵਾਲੇ ਗਵਾਹ ਹੋ, ਅਸੀਂ ਬਿਲਕੁਲ, ਅਸੀਂ ਇਹ ਸਾਰੇ ਲੀਡਰ ਸਾਹਿਬਾਨ ਸਾਇਲੈਂਟ ਹੋ ਗਏ, ਕਿਉਂਕਿ ਕਿੰਨਾ ਕੁ ਕੋਈ ਚਰ ਲੂਗਾ, ਕਿੰਨਾ ਕੋਈ ਧੱਕੇਸ਼ਾਹੀ ਸਹਿ ਲੂਗਾ, ਸਾਰੇ ਆਪਣੇ
ਅਸੀਂ ਆਪਣੇ ਪ੍ਰਧਾਨ ਸਾਹਿਬ ਨੇ ਸਾਡੀ ਡਿਊਟੀ ਲਾਤੀ ਇੱਥੇ ਰੌਲਾ ਸੀ ਕਿਉਂਕਿ ਸਾਨੂੰ ਤਾਂ ਕਰਦੇ ਹੱਥ 'ਚ ਪਰਚੇ ਦਿੰਦਾ ਸੀ ਨਹੀਂ ਚਾਹੁੰਦੇ ਸੀ ਅਸੀਂ ਤਾਂ ਪਹਿਲਾਂ ਅਸੀਂ ਬੇਨਤੀ ਪ੍ਰਧਾਨ ਸਾਹਿਬ